ਫੋਗਵਾੜਾ ਦੇ ਅਰਬਨ ਸਟੇਟ ਦੀ ਸੀਆਰਪੀ ਕਲੋਨੀ ਵਿਖੇ ਪਾਣੀ ਦੇ ਮੁੱਦੇ ਤੇ ਸਿਆਸਤ ਦਿਨ ਪ੍ਰਤੀ ਦਿਨ ਵੱਧਦੀ ਹੀ ਜਾ ਰਹੀ ਹੈ। ਸ਼ਨੀਵਾਰ ਨੂੰ ਜਿੱਥੇ ਸਾਬਕਾ ਕੌਂਸਲਰ ਤ੍ਰਿਪਤਾ ਸ਼ਰਮਾ ਤੇ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਵੱਲੋਂ ਪੱਤਰਕਾਰ ਵਾਰਤਾ ਦੌਰਾਨ ਜਰਨੈਲ ਨੰਗਲ ਅਤੇ ਬਲਵੀਰ ਠਾਕੁਰ ਤੇ ਨਿਸ਼ਾਨਾ ਸਾਧਿਆ ਗਿਆ ਸੀ, ਉੱਥੇ ਹੀ ਐਤਵਾਰ ਨੂੰ ਲੋਕ ਇਨਸਾਫ ਪਾਰਟੀ ਦੇ ਨੇਤਾ ਜਰਨੈਲ ਨੰਗਲ ਅਤੇ ਬਲਵੀਰ ਠਾਕੁਰ ਵੱਲੋਂ ਪੱਤਰਕਾਰ ਵਾਰਤਾ ਦਾ ਆਯੋਜਨ ਸਥਾਨਕ ਰੈਸਟ ਹਾਊਸ ਵਿਖੇ ਕੀਤਾ ਗਿਆ। ਇਸ ਦੌਰਾਨ ਬਲਵੀਰ ਠਾਕੁਰ ਨੇ ਸਾਬਕਾ ਕੌਂਸਲਰ ਤ੍ਰਿਪਤਾ ਸ਼ਰਮਾ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹਨਾਂ ਕੋਲੋਂ ਗਲਤੀ ਹੋ ਗਈ ਹੈ ਤੇ ਉਹ ਇਸ ਗਲਤੀ ਨੂੰ ਪੂਰੀ ਕਲੋਨੀ ਵਾਸੀਆਂ ਦੇ ਸਾਹਮਣੇ ਸਵੀਕਾਰ ਵੀ ਕਰਦੇ ਨੇ ਕਿ ਉਹਨਾਂ ਨੇ ਚੋਣਾਂ ਸਮੇਂ ਤ੍ਰਿਪਤਾ ਸ਼ਰਮਾ ਨੂੰ ਕੌਂਸਲਰ ਬਣਨ ਦਾ ਮਾਣ ਦਿਵਾਇਆ, ਜਿਸ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਪਛਤਾਵਾ ਹੈ। ਮੈਂ ਇਹੀ ਕਹਿਣਾ ਚਾਹੁੰਦਾ ਹਾਂ, ਜਿਹੜੇ ਤ੍ਰਿਪਤਾ ਨੇ ਇਲਜ਼ਾਮ ਲਾਏ ਮੇਰੇ 'ਤੇ, ਠੀਕ ਆ, ਇਲਜ਼ਾਮ ਮੈਂ ਮੰਨਦਾ, ਆਪਣੇ ਇਲਜ਼ਾਮ ਹੈਗੇ ਆ, ਮੈਂ ਝੂਠਾ ਬੰਦਾ ਹਾਂ, ਮੇਰੇ ਕੋਲ ਗਲਤੀ ਇਹੀ ਹੋਈ ਆ। ਮੈਂ ਸਾਰੇ ਮੁਹੱਲੇ ਵਿੱਚ ਵੀ ਹੱਥ ਜੋੜ ਕੇ ਗਲਤੀ ਮੰਨਦਾ ਹਾਂ ਕਿ ਮੈਂ ਇਸ ਐਮ ਸੀ ਨੂੰ ਜਿਤਾਇਆ ਸੀਗਾ, ਮੇਰੇ ਕੋਲ ਇਹੀ ਗਲਤੀ ਹੋਈ ਆ। ਮੈਂ ਪੈਸਾ ਵੀ ਲਾਇਆ, ਜਿਤਾਇਆ ਵੀ ਆ, ਠੀਕ ਨੇ, ਸਾਰਾ ਕੁਛ ਮੈਂ ਕੰਮ ਕੀਤੇ ਆ, ਠੀਕ ਨੇ। ਬਾਕੀ ਦੇ ਕਬਜ਼ੇ ਦੀ ਗੱਲ, ਇਹਨੇ ਕਹਿੰਦੀ ਕਬਜ਼ਾ ਕੀਤਾ 3 ਫੁੱਟ ਦਾ ਗਲੀ ਦਾ, ਇਹਨੇ ਕੀਤਾ 27 ਫੁੱਟ ਦਾ ਕਬਜ਼ਾ। ਇਹਦੇ ਗੇਟ ਦੇ ਬਾਹਰ ਜਾ ਕੇ ਤੁਸੀਂ ਦੇਖੋ, ਹਰੀ ਸ਼ੈੱਡ ਆ, 27 ਫੁੱਟ ਦੀ, ਗੇਟ ਸਪੈਸ਼ਲ ਉੱਪਰ ਨੂੰ ਲਾਇਆ ਹੋਇਆ। ਉੱਧਰ ਲੋਕ ਇਨਸਾਫ ਪਾਰਟੀ ਦੇ ਨੇਤਾ ਜਰਨੈਲ ਨੰਗਲ ਨੇ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਉਹਨਾਂ ਦੇ ਅਧੀਨ ਕੰਮ ਕਰਨ ਵਾਲੇ ਨੇਤਾਵਾਂ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਸਭ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਆਦੇਸ਼ਾਂ 'ਤੇ ਹੋ ਰਿਹਾ ਹੈ ਅਤੇ ਉਹਨਾਂ ਦੇ ਨੇਤਾ ਇਹ ਸਭ ਧੱਕਾ ਕਰ ਰਹੇ ਨੇ। ਉਹਨਾਂ ਕਿਹਾ ਕਿ ਸੀਆਰਪੀ ਕਲੋਨੀ ਵਿਖੇ ਜੋ ਗਲੀ ਦਾ ਮੁੱਦਾ ਹੈ ਉਹ ਜਿਮਣੀ ਚੋਣਾਂ ਸਮੇਂ ਦਾ ਹੈ ਅਤੇ ਉਸ ਸਮੇਂ ਸਰਕਾਰ ਨੇ ਚੋਣ ਜਾਬਤੇ ਵਿੱਚ ਇਹ ਕੰਮ ਸ਼ੁਰੂ ਕਰਵਾਇਆ ਸੀ, ਜਿਸ ਦਾ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਤਾਂ ਮੈਂ ਇਹਨਾਂ ਦੇ ਤੁਹਾਡੇ ਮਾਧਿਅਮ ਤੋਂ ਮੈਂ ਸਿੱਧਾ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਤੱਕ ਸੁਨੇਹਾ ਦੇਣਾ ਚਾਹੁੰਦਾ, ਕਿਉਂਕਿ ਸੰਜੀਵ ਬੁੱਗਾ ਜੀ ਜਿਹੜੇ ਆ ਉਹ ਤਾਂ ਇੱਕ ਉਹਨਾਂ ਦੇ ਪਿਆਦੇ ਨੇ। ਜਿਹੜਾ ਇਹਨਾਂ ਨੇ ਮੇਰੇ 'ਤੇ ਇਲਜ਼ਾਮ ਲਾਇਆ ਵੀ ਜਰਨੈਲ ਨੰਗਲ ਵਿਕਾਸ ਦੇ ਕੰਮਾਂ ਦੇ ਵਿੱਚ ਅੜਿੱਕਾ ਪਾਉਂਦਾ, ਸਾਡੇ ਇੱਕ ਰਸਤਾ ਬਣਦਾ ਸੀ ਉਹ ਰਸਤਾ ਜਿਹੜਾ ਹੈਗਾ ਉਹਨੇ ਰੋਕਿਆ, ਆ ਕੇ ਉਹ ਰਸਤਾ ਨਹੀਂ ਸੀ ਬਣਦਾ। ਔਰ ਮੈਂ ਉੱਥੇ ਕਲੀਅਰ ਕਰਦੇ ਹਾਂ ਵੀ ਉਸ ਵੇਲੇ ਜ਼ਿਮਨੀ ਚੋਣਾਂ ਸੀ, ਅਸੀਂ ਜ਼ਿਮਨੀ ਚੋਣ ਦੇ ਵਿੱਚ ਕੋਈ ਨਵਾਂ ਕੰਮ ਸਟਾਰਟ ਨਹੀਂ ਸੀ ਹੋ ਸਕਦਾ, ਔਰ ਇਹ ਜਿਹੜੇ ਹੈਗਾ ਸਰਕਾਰ ਨੇ ਆਪਣੇ ਜਿਹੜੇ ਪਾਵਰ ਆ ਉਹਦੀ ਦੁਰਵਰਤੋਂ ਕਰ ਰਿਹਾ ਸੀ। ਤਦ ਮੈਂ ਉਸ ਵੇਲੇ ਉੱਥੇ ਗਿਆ ਸੀ ਵੀ ਇਹ ਰਸਤਾ ਜਿਹੜਾ ਚੋਣ ਜ਼ਾਬਤੇ ਦੇ ਵਿੱਚ ਬਣ ਰਿਹਾ ਇਹ ਗਲਤ ਹੈ। ਸਾਨੂੰ ਰਸਤੇ 'ਤੇ ਇਤਰਾਜ਼ ਨਹੀਂ ਸੀ, ਸਾਨੂੰ ਉਸ ਬਣਾਉਣ ਵਾਲੇ ਸਮੇਂ 'ਤੇ ਇਤਰਾਜ਼ ਸੀ ਵੀ ਇਸ ਸਮੇਂ ਦੇ ਉੱਤੇ ਕੋਈ ਵੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਕੋਈ ਨਵਾਂ ਕੰਮ ਸਟਾਰਟ ਨਹੀਂ ਹੋ ਸਕਦਾ, ਲੇਕਿਨ ਸਰਕਾਰ ਨੇ ਉੱਥੇ ਧੱਕਾ ਕੀਤਾ। ਤ੍ਰਿਪਤਾ ਸ਼ਰਮਾ ਦੇ ਬਿਆਨ ਦਾ ਜਵਾਬ ਦਿੰਦਿਆਂ ਜਰਨੈਲ ਨੰਗਲ ਨੇ ਕਿਹਾ ਕਿ ਜੇਕਰ ਕਲੋਨੀ ਵਿੱਚ ਪਾਣੀ ਦੀ ਸਮੱਸਿਆ ਨਹੀਂ ਹੈ ਤਾਂ ਕਲੋਨੀ ਵਿੱਚ ਬੋਰ ਕਿਉਂ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਬਕਾ ਕੌਂਸਲਰ ਖੁਦ ਹੀ ਸਵਾਲ ਕਰਕੇ ਉਹਨਾਂ ਦੇ ਖੁਦ ਹੀ ਜਵਾਬ ਦੇ ਰਹੇ ਨੇ। ਜੇ ਤੁਹਾਨੂੰ ਲੱਗਦਾ ਹੈ ਵੀ ਪਾਣੀ ਉੱਥੇ ਦਿੱਕਤ ਕੋਈ ਨਹੀਂ, ਉੱਥੋਂ ਦੀ ਸਾਬਕਾ ਕੌਂਸਲਰ ਨਾਲ ਬੈਠੀ, ਉਹ ਭੈਣ ਕਹਿੰਦੀ ਪਾਣੀ ਦੀ ਦਿੱਕਤ ਕੋਈ ਨਹੀਂ, ਨਾਲ ਹੀ ਆਪ ਇਹ ਗੱਲ ਕਹਿਤੀ ਆ ਵੀ 3 ਸਮਰਸੀਬਲ ਉੱਥੇ ਲੋਕਾਂ ਦੇ ਘਰਾਂ 'ਚ ਲੱਗੇ ਹੋ ਆ, ਜਿੱਥੋਂ ਲੋਕਾਂ ਨੇ ਲੋਕ ਪਾਣੀ ਭਰ ਰਹੇ ਸੀ, ਦਿੱਕਤ ਨਹੀਂ ਕੋਈ ਆਈ। ਜੇ ਦਿੱਕਤ ਨਹੀਂ ਸੀ ਤਾਂ ਲੋਕਾਂ ਦੇ ਘਰਾਂ 'ਚੋਂ ਪਾਣੀ ਕਿਉਂ ਭਰ ਰਹੇ ਸੀ? ਨਾਲ ਉਹ ਇਹ ਗੱਲ ਕਹਿ ਰਹੀ ਆ ਵੀ 4-4 ਟੈਂਕਰ ਅਸੀਂ ਰੋਜ਼ ਮੰਗਾਉਂਦੇ ਸੀ, ਜੇ ਦਿੱਕਤ ਨਹੀਂ ਤਾਂ 4-4 ਟੈਂਕਰ ਕਾਹਦੇ ਮੰਗਾਉਂਦੇ ਸੀ? ਜੇ ਦਿੱਕਤ ਨਹੀਂ ਹੈਗੀ ਤਾਂ ਉੱਥੇ ਨਵਾਂ ਬੋਰ ਕਿਉਂ ਕਰ ਰਹੇ ਆ? ਹੁਣ ਕਹਿੰਦੇ ਆ ਵੀ ਉੱਥੇ ਨਵਾਂ ਬੋਰ ਹੋ ਰਿਹਾ, ਹਫ਼ਤੇ 10 ਦਿਨ ਦੇ ਵਿੱਚ ਉਹ ਚਾਲੂ ਹੋ ਜਾਣਾ, ਫਿਰ ਬੋਰ ਕਿਉਂ ਕਰ ਰਹੇ ਨਵਾਂ ਜੇ ਪਾਣੀ ਦੀ ਦਿੱਕਤ ਇਹ ਨਹੀਂ? ਇਹਦਾ ਮਤਲਬ ਇਹ ਆ ਵੀ ਉਹ ਦੇਖੋ ਆਪ ਹੀ ਉਹਨਾਂ ਨੇ ਇਲਜ਼ਾਮ ਲਗਾਏ, ਆਪ ਹੀ ਜਵਾਬ ਵੀ ਦੇਤੇ ਆ ਪਾਣੀ ਦੀ ਦਿੱਕਤ ਹੈਗੀ ਆ ਲੋਕਾਂ ਨੂੰ। ਮੈਂ ਇਹ ਗੱਲ ਕਹੀ ਸੀ ਵੀ ਹੋ ਸਕਦਾ ਕੌਂਸਲਰ ਸਾਹਿਬ ਨੂੰ ਦਿੱਕਤ ਨਾ ਹੋਵੇ, ਉਹਨਾਂ ਦੇ ਘਰ ਹੋ ਸਕਦਾ ਸਮਰਸੀਬਲ ਦਾ ਬੋਰ ਹੋਇਆ ਹੋਵੇ। ਬਲਵੀਰ ਠਾਕੁਰ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਤੇ ਬੋਲਦਿਆਂ ਨੰਗਲ ਨੇ ਕਿਹਾ ਕਿ ਇਕੱਲਾ ਬਲਵੀਰ ਠਾਕੁਰ ਨੇ ਹੀ ਨਹੀਂ ਸਗੋਂ ਪੂਰੀ ਕਲੋਨੀ ਵਾਲਿਆਂ ਨੇ ਨਜਾਇਜ਼ ਕਬਜ਼ੇ ਕੀਤੇ ਨੇ, ਜਿਨ੍ਹਾਂ ਵਿੱਚ ਸਾਬਕਾ ਕੌਂਸਲਰ ਖੁਦ ਵੀ ਸ਼ਾਮਲ ਹੈ, ਜਿਨ੍ਹਾਂ ਨੇ ਘੱਟੋ ਘੱਟ 27 ਫੁੱਟ ਤੱਕ ਬਾਹਰ ਸ਼ੈੱਡ ਪਾਈ ਹੋਈ ਹੈ। ਉਹਨਾਂ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਧਾਲੀਵਾਲ ਪਾਸੋਂ ਮੰਗ ਕੀਤੀ ਗਈ ਪਹਿਲਾਂ ਬਲਡੋਜ਼ਰ ਉੱਧਰ ਪਾਸੇ ਚਲਾਇਆ ਜਾਵੇ, ਫਿਰ ਉਹ ਖੁਦ ਹੀ ਇਸ ਦੀਵਾਰ ਨੂੰ ਤੋੜ ਦੇਣਗੇ। ਪੂਰੇ ਮੁਹੱਲੇ ਦਾ ਸਰਵੇ ਕਰਕੇ ਦੇਖ ਲਿਓ, ਇਕੱਲਾ ਬਲਵੀਰ ਠਾਕੁਰ ਦੇ ਘਰ ਦੇ ਬਾਹਰ ਹੀ ਛੋਟਾ ਬਗਲ ਨਹੀਂ ਹੋਇਆ, ਸਾਰੇ ਮੁਹੱਲੇ ਦੇ ਵਿੱਚ, ਪੂਰੇ ਸੀਆਰਪੀ ਕਲੋਨੀ ਦੇ ਵਿੱਚ ਹਰ ਘਰ ਦੇ ਬਾਹਰ ਜਿਹੜਾ ਛੋਟਾ ਛੋਟਾ ਬਗਲ ਹੋਇਆ ਆ ਉਹ ਬਲਵੀਰ ਠਾਕੁਰ ਨੇ ਆਪ ਨਹੀਂ ਕੀਤਾ। ਪਰ ਇਹਨਾਂ ਨੂੰ ਜੇ ਫਿਰ ਵੀ ਲੱਗਦਾ ਵੀ ਉਹ ਨਜਾਇਜ਼ ਕਬਜ਼ਾ ਇਹਨੇ ਕੀਤਾ ਆ ਤਾਂ ਕੌਂਸਲਰ ਸਾਹਿਬ ਦੇ ਘਰ ਦੇ ਬਾਹਰ 25-30 ਫੁੱਟ ਦੀ ਸ਼ੈੱਡ ਬਣੀ ਹੋਈ ਆ, ਉਹਨੂੰ ਬਗਲ ਕਰਕੇ ਗੇਟ ਲਗਾਇਆ ਹੋਇਆ ਅਤੇ ਉੱਥੋਂ ਦੀ ਪੌੜੀ ਚੜ੍ਹੀ ਹੋਈ ਹੈ। ਅਤੇ ਮੈਂ ਕਾਰਪੋਰੇਸ਼ਨ ਦੇ ਜਿਹੜੇ ਕਮਿਸ਼ਨਰ ਸਾਹਿਬ ਜ਼ਿੰਮੇਵਾਰ ਅਧਿਕਾਰੀ ਹੈ, ਜੇ ਮੈਂ ਉਹਨਾਂ ਨੂੰ ਬੇਨਤੀ ਕਰਾਂ ਔਰ ਨਾਲੇ ਧਾਲੀਵਾਲ ਸਾਹਿਬ ਨੂੰ ਵੀ ਇਹ ਗੱਲ ਦੀ ਜਾਣਕਾਰੀ ਵੀ ਦੇਵਾਂ ਅਤੇ ਉਹਨਾਂ ਨੂੰ ਬੇਨਤੀ ਵੀ ਕਰਾਂ, ਕਿਉਂਕਿ ਉਹਨਾਂ ਨੇ ਕੱਲ੍ਹ ਕਿਹਾ ਵੀ ਧਾਲੀਵਾਲ ਸਾਹਿਬ ਨੂੰ ਅਸੀਂ ਕਿਹਾ ਵੀ ਤੁਸੀਂ ਇਹ ਢੁਆਓ, ਅਸੀਂ ਰਸਤਾ ਬਣਾਉਣਾ। ਮੈਂ ਕਹਿੰਦਾ ਆ ਜਾਓ ਢੁਆਓ, ਲੇਕਿਨ ਜਿਹੜਾ ਬਲਡੋਜ਼ਰ ਆ ਪਹਿਲਾਂ ਮੰਨ ਜਾਓ ਕੌਂਸਲਰ ਸਾਹਿਬ ਦੇ ਘਰ ਦੇ ਬਾਹਰ ਦੀ ਲੰਘਾਇਓ,
ਪਹਿਲਾਂ ਉਹ ਸ਼ੈੱਡ ਢਵਾ ਲਿਓ ਤੇ ਤੁਹਾਨੂੰ ਸਾਡੇ ਤੱਕ ਆਉਣ ਦੀ ਲੋੜ ਨਹੀਂ ਪੈਣੀ, ਅਸੀਂ ਆਪਣੇ ਆਪ ਇਹਨਾਂ ਦੀ ਦੀਵਾਰ ਜਿਹੜੀ ਆ ਉਹ ਢਾ ਕੇ ਪਰੇ ਕਰ ਦੇਵਾਂਗੇ। ਕਾਂਗਰਸ ਨੇਤਾਵਾਂ ਵੱਲੋਂ ਜੋ ਆਰੋਪ ਲਗਾਏ ਹਨ ਕਿ ਜਰਨੈਲ ਨੰਗਲ ਕੋਲ ਕੋਈ ਮੁੱਦਾ ਨਹੀਂ ਹੈ, ਉਸ ਬਾਬਤ ਬੋਲਦਿਆਂ ਨੰਗਲ ਨੇ ਕਿਹਾ ਕਿ ਸ਼ਹਿਰ ਅੰਦਰ ਭਾਵੇਂ ਸਕੂਲੀ ਬੱਚਿਆਂ ਦਾ ਮੁੱਦਾ ਹੋਵੇ ਜਾਂ ਫਿਰ ਨਿਗਮ ਵੱਲੋਂ ਰੇਹੜੀ ਵਾਲਿਆਂ ਨੂੰ ਤੰਗ ਪਰੇਸ਼ਾਨ ਕਰਨਾ ਜਾਂ ਫਿਰ ਐਲੀਵੇਟਡ ਪੁੱਲ ਦਾ ਮੁੱਦਾ ਹੋਵੇ, ਹਰ ਪਾਸੇ ਨੰਗਲ ਹੀ ਦਿਖਾਈ ਦਿੱਤਾ ਹੈ ਤੇ ਹੋਰ ਕੋਈ ਨੇਤਾ ਨਹੀਂ। ਵੀ ਜਦੋਂ ਕਿਤੇ ਪ੍ਰੋਪਰਟੀ ਟੈਕਸ ਦਾ ਮੁੱਦਾ ਹੋਵੇ ਤਾਂ ਫਿਰ ਜਰਨੈਲ ਨੰਗਲ, ਆ ਪ੍ਰੋਪਰਟੀ ਟੈਕਸ ਦੇ ਮਾਮਲੇ ਦੇ ਵਿੱਚ ਭੁੱਖ ਹੜਤਾਲ ਦੇ ਉੱਤੇ ਮੈਂ ਬੈਠਾ। ਸਕੂਲਾਂ ਦੇ ਵਿੱਚ ਟੀਚਰ ਨਾ ਹੋਵੇ ਤਾਂ ਫਿਰ ਜਰਨੈਲ ਨੰਗਲ, ਠੀਕ ਹੈ। ਇਹਨਾਂ ਲਈ ਇਹ ਮੁੱਦੇ ਨਹੀਂ ਹੈਗੇ ਕਿਉਂਕਿ ਲੋਕਾਂ ਦੀਆਂ ਜ਼ਰੂਰਤਾਂ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ। ਜਦੋਂ ਗਰੀਬਾਂ ਦੇ ਮੁਹੱਲਿਆਂ ਦੇ ਵਿੱਚ ਵਿਕਾਸ ਨਾ ਹੋਵੇ ਤਾਂ ਫਿਰ ਜਰਨੈਲ ਨੰਗਲ, ਮੇਰੇ ਲਈ ਮੁੱਦੇ ਹੈਗੇ ਹੈ, ਇਹਨਾਂ ਲਈ ਨਹੀਂ ਹੈਗੇ। ਜਿਹੜਾ ਕਹਿੰਦਾ ਕੋਈ ਮੁੱਦਾ ਨਹੀਂ ਨਾ, ਇਹ ਦੱਸਣ ਵੀ ਇਹਨਾਂ ਨੇ ਕਿਆ ਕੀਤਾ। ਜਦੋਂ ਕਿਸੇ ਗਰੀਬਾਂ ਦੇ ਉੱਤੇ ਕਾਰਪੋਰੇਸ਼ਨ ਬੇਤਹਾਸ਼ਾ ਲੁੱਟ ਦਾ ਟੈਕਸ ਲਗਾਉਂਦੀ ਹੈ, ਲੁੱਟ ਦਾ ਟੈਕਸ 5,000 ਰੁਪਈਆ ਮਹੀਨਾ, ਉਦੋਂ ਇਹ ਹੀ ਇਹ ਜਿਹੜੇ ਧਾਲੀਵਾਲ ਸਾਹਿਬ ਦੇ ਚੇਤੇ ਜਿਹਨਾਂ ਨੂੰ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ, ਇਹ ਕਾਰਪੋਰੇਸ਼ਨ 'ਚ ਉਦੋਂ ਵੀ ਸੀਗੇ, ਇਹਨਾਂ ਨੇ ਮੁੱਦਾ ਨਹੀਂ ਚੁੱਕਿਆ ਉਸ ਵੇਲੇ, ਇਹਨਾਂ ਨੂੰ ਨਹੀਂ ਸੀ ਗਰੀਬਾਂ ਦੀ ਰੋਜ਼ੀ ਰੋਟੀ 'ਤੇ ਲੱਤ ਵੱਜ ਰਹੀ ਹੈ। ਤਾਂ ਉਸ ਵੇਲੇ ਵੀ ਅਸੀਂ ਜਿਹੜਾ ਨਗਰ ਨਿਗਮ ਦੇ ਖਿਲਾਫ ਲੜਾਈ ਲੜੀ ਰੇਹੜੀ ਫੜੀ ਯੂਨੀਅਨ ਦੀ, ਮੈਂ ਇਸ ਐਲੀਵੇਟਡ ਪੁਲ ਦੇ ਬਣਾਉਣ ਦੇ ਵਾਸਤੇ ਸ਼ਹਿਰ ਦੇ ਵਿੱਚ 1500 ਲੋਕਾਂ ਦੇ ਕੋਲ ਜਾ ਕੇ ਸਾਈਨ ਕਰਵਾ ਕੇ ਔਰ ਉਹਨਾਂ ਦੇ ਫੋਨ ਨੰਬਰ ਨਾਲ ਲੈ ਕੇ ਇੱਥੇ 3 ਜੂਨ 2016 ਨੂੰ ਜਿਹੜਾ ਅੰਦੋਲਨ ਕੀਤਾ ਔਰ ਉਹਦੀ ਆਹ ਨਿਊਜ਼ ਲੱਗੀ ਹੋਈ ਹੈ। ਮੈਨੂੰ ਇਹ ਮੁੱਦੇ ਜਿਹੜੇ ਹੈਗੇ ਆ ਮੁੱਦੇ, ਅਸੀਂ ਜਿਹੜੇ ਆ ਅਸੀਂ ਲੋਕਾਂ ਦੇ ਹਿੱਤਾਂ ਦੀ ਰਖਵਾਲੀ ਲਈ ਕੰਮ ਕਰ ਰਹੇ ਹਾਂ ਅਤੇ ਇਹਨਾਂ ਦੇ ਕਹਿਣ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣ ਵਾਲਾ। ਪਾਣੀ ਦੀ ਸਮੱਸਿਆ ਅਰਬਨ ਸਟੇਟ CRP ਕਲੋਨੀ ਦੇ ਵਿੱਚ ਹੈ ਔਰ ਇਹ ਚੀਜ਼ ਜਿਹੜੀ ਆ ਇੱਥੋਂ ਦੇ ਵਾਟਰ ਸਪਲਾਈ ਜਿਹੜੇ SDO ਨੇ, ਸੀਵਰੇਜ ਬੋਰਡ ਵਾਟਰ ਸਪਲਾਈ ਦੇ, ਉਹ SDO ਸਾਹਿਬ ਖੁਦ ਮੰਨ ਚੁੱਕੇ ਆ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਮੈਨੂੰ ਕਿ ਜੀ ਜਿੰਨੀ ਦੇਰ ਤੱਕ ਨਵੀਂ ਮੋਟਰ ਸਟਾਰਟ ਨਹੀਂ ਹੁੰਦੀ ਉਸਨੀ ਦੇਰ ਤੱਕ ਜਿਹੜਾ ਪਾਣੀ ਪ੍ਰੋਪਰ ਤਰੀਕੇ ਨਾਲ ਨਹੀਂ ਜਾ ਸਕਦਾ।